ਤਾਂ ਜੇ ਕੁਝ ਵੀ ਅੱਜ ਤੋਂ ਪਹਿਲਾਂ ਜਦੋਂ ਤੋਂ ਕੇਂਦਰ ਸਰਕਾਰ ਨੇ ਰਸਤੇ ਰੋਕੇ ਆ, ਉਦੋਂ ਤੋਂ ਪਹਿਲਾਂ ਜਿੰਨਾ ਪੰਜਾਬ ਦਾ ਨੁਕਸਾਨ ਹੋਇਆ ਵਾ, ਜਿੰਨੇ ਪੰਜਾਬ ਦੇ ਵਪਾਰੀ ਦਾ ਨੁਕਸਾਨ ਹੋਇਆ, ਜਿੰਨੀਆਂ ਪੰਜਾਬ ਦੀਆਂ ਖੇਤੀ ਮੰਡੀਆਂ 'ਚੋਂ ਢੋਆ ਢਵਾਈ ਦਾ ਨੁਕਸਾਨ ਹੋਇਆ, ਜਾਨ ਮਾਲ ਦਾ, ਉਹਦੀ ਜ਼ਿੰਮੇਵਾਰ ਕੇਂਦਰ ਸਰਕਾਰ ਆ, ਉਹਨੂੰ ਭਰਪਾਈ ਕਰਨੀ ਚਾਹੀਦੀ ਹੈ। ਪੰਜਾਬ ਦੀ ਆਰਥਿਕਤਾ ਤਾਂ ਡਾਕਾ ਮਾਰਨ ਵਾਲੀ ਗੱਲ ਆ, ਪੰਜਾਬ ਦੇ ਰਾਹ ਰੁਕਣੇ। ਔਰ ਦੁੱਖ ਦੀ ਗੱਲ ਆ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਮੂੰਹ 'ਚੋਂ ਇੱਕ ਵਾਰੀ ਵੀ ਨਹੀਂ ਨਿਕਲਿਆ ਸੈਂਟਰ ਦੇ ਖਿਲਾਫ ਵੀ ਸਾਡੇ ਰਾਹ ਕਿਉਂ ਬੰਦ ਕੀਤੇ ਆ। ਜਿਵੇਂ ਗਾਹਾਂ ਜਾ ਕੇ ਹੜ੍ਹਾਂ ਦੀ ਸਮੱਸਿਆ ਸੀ, ਪਿਛਲੇ ਸਾਲ ਵੀ ਦੇਖੀ ਸੀ ਜਦੋਂ ਇਹ ਆ ਗਿਆ ਸੀ ਵੀ ਮੁਰਗੀਆਂ ਦਾ ਬਈ ਅਤੇ ਬੱਕਰੀਆਂ ਦਾ ਵੀ ਮੁਆਵਜ਼ਾ ਦਾਂਗੇ, ਹਾਲੇ ਤੱਕ ਤਾਂ ਮਿਲਿਆ ਨਹੀਂ ਬਾਈ, ਤਾਂ ਉਹ ਬਾਅਦ 'ਚ ਸਮੱਸਿਆ ਆਉਂਦੀ ਆ। ਹੁਣ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਜਿਹੜੀਆਂ ਡਰੇਨੇਜ ਦੀ ਸੇਮ ਨਾਲਿਆਂ ਦੀ ਖਾਲ ਖਲਾਈ ਦਾ ਕੰਮ ਆ ਹੁਣ ਕਰ ਲਓ, ਗਾਂ ਸਾਡੀਆਂ ਜਾ ਕੇ ਫਸਲਾਂ ਮਰਦੀਆਂ ਹੈਗੀਆਂ, ਪੰਜਾਬ ਸਰਕਾਰ ਤੁਰੰਤ ਐਕਸ਼ਨ ਲੈ ਕੇ ਗਾਂ ਭਾਰੀ ਬਰਸਾਤ ਨਾਲ ਜਿਹੜਾ ਨੁਕਸਾਨ ਹੋਣਾ ਉਸ ਤੋਂ ਸਾਨੂੰ ਬਚਾਇਆ ਜਾ ਸਕੇ, ਇੱਕ ਆਹ ਬੇਨਤੀ ਕਰਦੇ ਹਾਂ। ਜਿਹੜੀਆਂ ਦੋ ਤਿੰਨ ਗੱਲਾਂ, ਇੱਕ ਤਾਂ ਅਸੀਂ ਸਰਕਾਰ ਨੂੰ ਅਪੀਲ ਕਰ ਰਹੇ ਤੁਹਾਡੇ ਮਾਧਿਅਮ ਰਾਹੀਂ ਵੀ ਜਿੰਨੇ ਵੀ ਰਸਤੇ ਬੰਦ ਕੀਤੇ ਆ 13 ਫਰਵਰੀ ਤੋਂ ਪਹਿਲਾਂ ਉਹ ਤੁਰੰਤ ਖੋਲ੍ਹੇ ਜਾਣ, ਕਿਉਂਕਿ ਉਹਦੇ ਕਰਕੇ ਆਮ ਲੋਕਾਂ ਨੂੰ, ਵਪਾਰੀਆਂ ਨੂੰ, ਟਰਾਂਸਪੋਰਟਰਾਂ ਨੂੰ, ਨੇੜੇ ਰਹਿ ਰਹੀ ਜਨਤਾ ਨੂੰ, ਬਕਾਇਦਾ ਸਾਨੂੰ ਵੀ ਬਹੁਤ ਤਕਲੀਫ ਆ ਰਹੀ ਆ। ਜਿੱਡੀ ਜਲਦੀ ਹੋ ਸਕੇ ਉਹ ਰਸਤੇ ਖੋਲ੍ਹੇ ਜਾਣ। ਦੂਜਾ ਉਹਦਾ ਹੈਗਾ ਵੀ ਗਾਹਾਂ ਜੇ ਬਰਸਾਤਾਂ ਹੁੰਦੀਆਂ ਤੇ ਘੱਗਰ ਪਾਣੀ ਨਾਲ ਭਰ ਜਾਂਦਾ ਔਰ ਘੱਗਰ ਮਾਰ ਕਰਦਾ ਨੇੜੇ ਤੇੜੇ, ਔਰ ਇਹੋ ਜਿਹੀ ਸਥਿਤੀ ਵਿੱਚ ਹੋਰ ਸਮੱਸਿਆ ਖੜੂਗੀ। ਜਿਹੜੇ ਦਰਿਆ ਦੇ ਵਿੱਚੋਂ ਦੀ ਕੱਚੇ ਰਸਤੇ ਜਾ ਰਹੇ ਆ ਉਹ ਰੁੜ ਜਾਣੇ ਆ, ਤਾਂ ਹੋਰ ਸਮੱਸਿਆ ਕ੍ਰੀਏਟ ਹੋਊਗੀ। ਤਾਂ ਜੇ ਕੁਝ ਵੀ ਅੱਜ ਤੋਂ ਪਹਿਲਾਂ ਜਦੋਂ ਤੋਂ ਕੇਂਦਰ ਸਰਕਾਰ ਨੇ ਰਸਤੇ ਰੋਕੇ ਆ, ਉਦੋਂ ਤੋਂ ਪਹਿਲਾਂ ਜਿੰਨਾ ਪੰਜਾਬ ਦਾ ਨੁਕਸਾਨ ਹੋਇਆ ਵਾ, ਜਿੰਨੇ ਪੰਜਾਬ ਦੇ ਵਪਾਰੀ ਦਾ ਨੁਕਸਾਨ ਹੋਇਆ, ਜਿੰਨੀਆਂ ਪੰਜਾਬ ਦੀਆਂ ਖੇਤੀ ਮੰਡੀਆਂ 'ਚੋਂ ਢੋਆ ਢਵਾਈ ਦਾ ਨੁਕਸਾਨ ਹੋਇਆ, ਜਾਨ ਮਾਲ ਦਾ, ਉਹਦੀ ਜ਼ਿੰਮੇਵਾਰ ਕੇਂਦਰ ਸਰਕਾਰ ਆ, ਉਹਨੂੰ ਭਰਪਾਈ ਕਰਨੀ ਚਾਹੀਦੀ ਹੈ। ਪੰਜਾਬ ਦੀ ਆਰਥਿਕਤਾ ਤਾਂ ਡਾਕਾ ਮਾਰਨ ਵਾਲੀ ਗੱਲ ਆ, ਪੰਜਾਬ ਦੇ ਰਾਹ ਰੁਕਣੇ। ਔਰ ਦੁੱਖ ਦੀ ਗੱਲ ਆ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਮੂੰਹ 'ਚੋਂ ਇੱਕ ਵਾਰੀ ਵੀ ਨਹੀਂ ਨਿਕਲਿਆ ਸੈਂਟਰ ਦੇ ਖਿਲਾਫ ਵੀ ਸਾਡੇ ਰਾਹ ਕਿਉਂ ਬੰਦ ਕੀਤੇ ਆ, ਗਾਹਾਂ ਜੰਮੂ ਕਸ਼ਮੀਰ ਨੂੰ ਰਾਹ ਜਾਂਦਾ ਹੈਗਾ ਵੀ ਕਿਉਂ ਰਸਤੇ ਰੋਕੇ ਆ, ਕੇਂਦਰ ਸਰਕਾਰ ਇਹ ਰਾਹ ਤੁਰੰਤ ਖੋਲ੍ਹੇ। ਦੂਜੀ ਬੇਨਤੀ, ਜਿਵੇਂ ਗਾਹਾਂ ਜਾ ਕੇ ਹੜ੍ਹਾਂ ਦੀ ਸਮੱਸਿਆ ਸੀ, ਪਿਛਲੇ ਸਾਲ ਵੀ ਦੇਖੀ ਸੀ ਜਦੋਂ ਇਹ ਆ ਗਿਆ ਸੀ ਵੀ ਮੁਰਗੀਆਂ ਦਾ ਬਈ ਅਤੇ ਬੱਕਰੀਆਂ ਦਾ ਵੀ ਮੁਆਵਜ਼ਾ ਦਾਂਗੇ, ਹਾਲੇ ਤੱਕ ਤਾਂ ਮਿਲਿਆ ਨਹੀਂ ਬਾਈ, ਤਾਂ ਉਹ ਬਾਅਦ 'ਚ ਸਮੱਸਿਆ ਆਉਂਦੀ ਆ। ਹੁਣ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਜਿਹੜੀਆਂ ਡਰੇਨੇਜ ਦੀ ਸੇਮ ਨਾਲਿਆਂ ਦੀ ਖਾਲ ਖਲਾਈ ਦਾ ਕੰਮ ਆ ਹੁਣ ਕਰ ਲਓ, ਗਾਂ ਸਾਡੀਆਂ ਜਾ ਕੇ ਫਸਲਾਂ ਮਰਦੀਆਂ ਹੈਗੀਆਂ, ਪੰਜਾਬ ਸਰਕਾਰ ਤੁਰੰਤ ਐਕਸ਼ਨ ਲੈ ਕੇ ਗਾਂ ਭਾਰੀ ਬਰਸਾਤ ਨਾਲ ਜਿਹੜਾ ਨੁਕਸਾਨ ਹੋਣਾ ਉਸ ਤੋਂ ਸਾਨੂੰ ਬਚਾਇਆ ਜਾ ਸਕੇ, ਇੱਕ ਆਹ ਬੇਨਤੀ ਕਰਦੇ ਹਾਂ।